ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਹਿਲੀ ਉਦਾਸੀ ਤੋਂ ਵਾਪਸ ਆਏ ਨਾ ਜੀ, ਯਾਦ ਰੱਖਿਓ 8.25 ਸਾਲ ਦੀ ਉਦਾਸੀ ਸੀ ਇਹ ਬਾਬੇ ਨਾਨਕ ਦੀ। ਸੁਲਤਾਨਪੁਰ ਲੋਧੀ ਤੋਂ ਤੁਰੇ ਅਤੇ ਤਲਵੰਡੀ ਆਪਣੇ ਨਗਰ ਜਿਸ ਨੂੰ ਅੱਜ ਆਪਾਂ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਹਾਂ, ਉੱਥੇ ਵਾਪਸ ਆਏ 8.25 ਸਾਲ ਬਾਅਦ। ਇੱਕ ਦਿਨ ਮਸੀਤ ਦਾ ਮੁੱਲਾ, ਮਸਜਿਦ ਦਾ ਜਿਹੜਾ ਪ੍ਰੀਸਟ ਆ, ਮੁੱਲਾ ਜਿਸ ਨੂੰ ਕਾਜੀ ਵੀ ਆਪਾਂ ਕਹਿੰਦੇ ਹਾਂ, ਉਹ ਜਿਹੜਾ ਮੁੱਲਾ ਆ ਉਹ ਭਾਈ ਮਰਦਾਨੇ ਦੇ ਕਿਤੇ ਕੋਲ ਬੈਠਾ। ਉਹ ਕਹਿੰਦਾ ਵੀ ਮਰਦਾਨਿਆਂ, ਅਸੀਂ ਤਾਂ ਨਮਾਜ਼ਾਂ ਪੜ੍ਹਦੇ ਹਾਂ, ਅਸੀਂ ਨਮਾਜ਼ਾਂ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ, ਮੱਕੇ ਹੱਜ ਕਰਨ ਵਾਸਤੇ ਜਾਂਦੇ ਹਾਂ, ਅਸੀਂ ਤਰ੍ਹਾਂ ਤਰ੍ਹਾਂ ਦੀ ਦਾਨ ਦਕਸ਼ਣਾ ਵੀ ਦਿੰਦੇ ਹਾਂ, ਤੈਨੂੰ ਬਾਬੇ ਨਾਨਕ ਨੇ ਕੀ ਕੁਝ ਸਿਖਾਇਆ, ਤੇਰੀ ਪਹੁੰਚ ਕਿੱਥੋਂ ਕਤਾਕਿਆ। ਦੋ ਗੱਲਾਂ ਮੁੱਲਾ ਕਰਦਾ ਤੇ ਦੋਵਾਂ ਦਾ ਜਵਾਬ ਮਰਦਾਨੇ ਨੇ ਦਿੱਤਾ। ਸੁਣਿਓ, ਜਿਹੜੇ ਉਹਦੇ ਨਾਲ ਜੁੜ ਗਏ ਆ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਹੋ ਗਈ। ਮੁੱਲਾ ਭਾਈ ਮਰਦਾਨਾ ਜੀ ਨੂੰ ਪਤਾ ਕੀ ਆਖਦਾ, ਉਹ ਵਿਦਵਾਨ ਕਹਿੰਦਾ, ਮੁੱਲਾ ਕਹੇ ਮਰਦਾਨਿਆਂ, ਅਸੀਂ 5 ਨਮਾਜ਼ਾਂ ਪੜ੍ਹੀਆਂ ਨੇ। ਵੀ ਮੈਂ ਤੇ 5 ਨਮਾਜ਼ਾਂ ਪੜ੍ਹਨਾ ਤੇ ਮਰਦਾਨਿਆਂ ਤੂੰ ਕੀ ਕਰਦਾ, ਤੇਰੀ ਪਹੁੰਚ ਕਿੱਥੋਂ ਕੋ ਤਾਕੀ, ਦੱਸ ਕਾ ਭਲਾ। ਜਿਹੜਾ ਉਹਨੇ ਜਵਾਬ ਦਿੱਤਾ ਬੜੀ ਪਿਆਰੀ ਬਾਤ ਜੇ, ਕਹਿੰਦੇ ਮੁੱਲਾ ਕਹੇ ਮਰਦਾਨਿਆਂ, ਅਸੀਂ 5 ਨਮਾਜ਼ਾਂ ਪੜ੍ਹੀਆਂ ਨੇ, ਮਰਦਾਨਾ ਕਹੇ ਫਿਰ ਮੈਂ ਕੀ ਕਰਾਂ। ਇੱਧਰ ਤਾਂ ਅੱਖੀਆਂ ਖੁਦਾ ਨਾਲ ਲੜੀਆਂ ਨੇ, ਉਹ ਕਹਿੰਦੇ ਮਰਦਾਨਿਆਂ ਅਸੀਂ 5 ਨਮਾਜ਼ਾਂ ਅਦਾ ਕੀਤੀਆਂ, ਤੂੰ ਕਿੱਥੋਂ ਕੋ ਤੱਕ ਗਿਆ ਭਲਾ। ਬਾਬੇ ਨਾਨਕ ਦਾ ਸਾਥ, ਬਾਬੇ ਨਾਨਕ ਦੀ ਸੰਗਤ ਕਰਕੇ। ਤੇ ਮਰਦਾਨਾ ਜਵਾਬ ਦਿੰਦਾ, ਕਹਿੰਦਾ ਮੁੱਲਾ ਨੂੰ, ਕਹਿੰਦਾ ਮਰਦਾਨਾ ਕਹੇ ਫਿਰ ਮੈਂ ਕੀ ਕਰਾਂ, ਇੱਧਰ ਅੱਖੀਆਂ ਖੁਦਾ ਨਾਲ ਲੜੀਆਂ ਨੇ, ਰੱਬ ਨਾਲ ਮੇਰੀਆਂ ਅੱਖੀਆਂ ਕਿਵੇਂ ਹੋ ਗਈਆਂ। ਮੁੱਲਾ ਕਹਿੰਦਾ, ਅੱਛਾ ਮਰਦਾਨਿਆਂ ਤੂੰ ਇੱਥੋਂ ਤੱਕ ਚਲਾ ਗਿਆ। ਉਹ ਕਹਿੰਦਾ ਹਾਂ, ਹੋਰ ਕੋਈ ਗੱਲ ਪੁੱਛ। ਭਾਈ ਮਰਦਾਨਾ ਜੀ ਕਹਿੰਦੇ ਕੁਝ ਹੋਰ ਪੁੱਛ। ਉਹ ਮੁੱਲਾ ਪਤਾ ਕੀ ਕਹਿੰਦਾ, ਮੁੱਲਾ ਕਹੇ ਮਰਦਾਨਿਆਂ, ਅਸੀਂ ਜੰਨਤ ਦੇ ਮੇਵੇ ਖਾਵਾਂਗੇ। ਉਹ ਕਹਿੰਦਾ ਅਸੀਂ ਨਮਾਜ਼ਾਂ ਪੜ੍ਹੀਆਂ, ਰੋਜ਼ੇ ਰੱਖੇ ਆ, ਹੱਜ ਕੀਤੇ ਆ, ਅਸੀਂ ਜੰਨਤ 'ਚ ਜਾਣਾ, ਸਵਰਗ 'ਚ ਜਾਣਾ, ਬਹਿਸ਼ਤ 'ਚ, ਉੱਥੇ ਬੜੇ ਬੜੇ ਵਧੀਆ ਮੇਵੇ ਸਾਨੂੰ ਖਾਣ ਵਾਸਤੇ ਮਿਲਣੇ ਆ, ਅਤੇ ਮਰਦਾਨਿਆਂ ਤੂੰ ਕਿੱਥੋਂ ਕਿੱਥੇ ਤੱਕ ਪਹੁੰਚਾ ਵਾਲਾ। ਦੱਸ, ਸੁਣਿਓ ਬੇਨਤੀ, ਮੁੱਲਾ ਕਹੇ ਮਰਦਾਨਿਆਂ, ਅਸੀਂ ਜੰਨਤ ਦੇ ਮੇਵੇ ਖਾਵਾਂਗੇ, ਮਰਦਾਨਾ ਕਹੇ ਉੱਥੇ ਰਾਜ ਹੈ ਸਾਡਾ, ਅਸੀਂ ਆਪਣੇ ਹੱਥੀਂ ਵਰਤਾਵਾਂਗੇ। ਆਖੋ ਸਤਨਾਮ ਸ਼੍ਰੀ। ਮੁੱਲਾ ਤੇ ਇਹ ਸੋਚਦਾ ਵੀ ਖਰੇ ਅਸੀਂ ਜੰਨਤ 'ਚ ਜਾਣਾ, ਬਹਿਸ਼ਤ 'ਚ ਜਾਣਾ ਤੇ ਬੜੇ ਵਧੀਆ ਮੇਵੇ ਖਾਣ ਨੂੰ ਮਿਲਣੇ ਸਾਨੂੰ। ਮੁੱਲਾ ਕਹੇ ਮਰਦਾਨਿਆਂ, ਅਸੀਂ ਜੰਨਤ ਦੇ ਮੇਵੇ ਖਾਵਾਂਗੇ, ਪਰ ਉਹਨੂੰ ਨਹੀਂ ਗਾ ਪਤਾ ਵੀ ਮਰਦਾਨਾ ਕਿੱਥੋਂ ਤੱਕ ਗਿਆ। ਮਰਦਾਨਾ ਕਹੇ ਓਏ ਉੱਥੇ ਰਾਜ ਹੈ ਸਾਡਾ, ਕਿੱਥੇ, ਜੰਨਤ 'ਚ, ਬਹਿਸ਼ਤ 'ਚ, ਸਵਰਗ 'ਚ। ਉਹ ਕਹਿੰਦਾ ਸੱਚਖੰਡ ਵਿੱਚ ਵੀ ਬਾਬੇ ਨਾਨਕ ਦਾ ਰਾਜ ਆ, ਮੈਂ ਉਹਦਾ ਸਾਥੀ ਹਾਂ ਬਾਬੇ ਨਾਨਕ ਦਾ। ਉਹ ਕਹਿੰਦਾ ਤੁਹਾਨੂੰ ਦੇਵਾਂਗੇ ਤੇ ਖਾਓਗੇ। ਆਖੋ ਸਤਨਾਮ ਸ਼੍ਰੀ। ਬੜੀ ਵਧੀਆ ਗੱਲ ਭੈਣੋ ਤੁਸੀਂ ਆਖੀਏ। ਉਹ ਕਹਿੰਦਾ ਵੀ ਅਸੀਂ ਤੁਹਾਨੂੰ ਦੇਵਾਂਗੇ ਤੇ ਖਾਓਗੇ। ਆਕੜਾ ਪ੍ਰਸ਼ਾਦੀ ਦੇਗਾ, ਰੱਖੀ ਕਦੇ ਅਰਦਾਸ ਹੋਣੀ ਆ, ਕਿਰਪਾਨ ਭੇਟ ਹੋਣੀ, ਵਰਤਾਵਾਂਗੇ ਜੇ ਆਪਾਂ ਬੈਠੇ ਹੀ ਨਾ ਉਨੀ ਦੇਰ। ਆਖੋ ਸਤਨਾਮ ਸ਼੍ਰੀ।
ਮਰਦਾਨਾ ਕਹੇ ਉੱਥੇ ਰਾਜ ਹੈ ਸਾਡਾ, ਅਸੀਂ ਆਪਣੇ ਹੱਥੀਂ ਵਰਤਾਂ ਵਾ, ਸਾਡੀ ਜ਼ਿੰਮੇਵਾਰੀ ਹੈ। ਉਹ ਜਿਹੜੇ ਮੇਵੇ ਆ ਉਹ ਸਾਡੇ ਹੱਥ 'ਚ ਵਾ, ਕਿਉਂ? ਕਿਉਂਕਿ ਉੱਥੇ ਬਾਬੇ ਨਾਨਕ ਦਾ ਰਾਜ। ਤੈਨੂੰ ਪਤਾ ਵੀ ਬਾਬਾ ਨਾਨਕ ਇਕੱਲਾ ਪਾਤਸ਼ਾਹ ਨਹੀਂ, ਉਹ ਸੱਚਾ ਪਾਤਸ਼ਾਹ ਵਾ, ਅਤੇ ਸੱਚੇ ਪਾਤਸ਼ਾਹ ਦਾ ਰਾਜ ਵੀ ਸੱਚਾ, ਅਤੇ ਸਦੀਵੀ ਕਾਲ ਵਾਸਤੇ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾਹ ਸੁਹਾਬਾ ਨਾਉ ਗਰੀਬ ਨਵਾਜ ਹੈ ਬੇਮੋਹਤਾਜ ਨ ਮੋਹ ਮੁਹੱਬਾ। ਉਹ ਆ ਮੇਰਾ ਸਤਿਗੁਰ। ਮੇਰੇ ਕਹਿਣ ਦਾ ਭਾਵ ਜਿਹੜੇ ਉਹਦੇ ਹੋ ਗਏ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਵ ਸੋ ਲਾਗਾ ਸੇਵ।